ਲੈ ਖਾ ਲਿਆ ਅਮਰੂਦ? ਹਾਂਜੀ। ਚੱਲ ਐਂ ਕਰ ਅੰਦਰ ਚੱਲਦੇ ਹਾਂ ਫਿਰ। ਨਹੀਂ ਯਾਰ ਅੰਦਰ ਨਾ ਮੈਨੂੰ ਕੁਛ ਠੀਕ ਜਿਹਾ ਨਹੀਂ ਲੱਗਦਾ, ਆਪਾਂ ਇੱਥੇ ਬੈਠ ਕੇ ਗੱਲਾਂ ਕਰ ਲੈਂਦੇ ਹਾਂ। ਕਿਉਂ ਯਾਰ ਅੰਦਰ ਜਾਣ 'ਚ ਕੀ ਹਰਜ ਹੈ, ਨਾਲੇ ਤੂੰ ਹੀ ਤਾਕਿਆ ਸੀ, ਜਿੱਥੇ ਮਰਜ਼ੀ ਲੈ ਜੀ, ਜੋ ਕਰਨ ਨੂੰ ਆਖੂੰਗੀ ਉਹੀ ਕਰੂੰਗੀ। ਮੈਨੂੰ ਤਾਂ ਇਹ ਲੱਗਦਾ ਯਾਰ ਤੇਰੇ ਦਿਲ ਵਿੱਚ ਨਾ ਮੇਰੇ ਲਈ ਪਿਆਰ ਹੀ ਨਹੀਂ ਹੈਗਾ। ਚੱਲ ਠੀਕ ਹੈ ਯਾਰ, ਜੇ ਤੂੰ ਮੇਰਾ ਪਿਆਰ ਹੀ ਜ਼ਮਾਉਣਾ ਤਾਂ ਚੱਲ ਲੈ, ਚੱਲ ਅੰਦਰ ਜੋ ਕਰਨਾ ਕਰ ਲਾ। ਚੱਲ ਆ ਜਾ ਖਾਲੋ ਰੇ, ਮੈਂ ਚਾਬੀ ਚੱਕ ਲਾ। ਸਕੂਲ ਜਾਣਾਗਾ ਤੇ ਸਕੂਲੋਂ ਸਿੱਧਾ ਹੀ ਘਰੇ ਆਣੇਗਾ, ਦੇਖੀ ਮੇਰੀ ਧੀ ਕਿਤੇ ਰਸਤੇ ਚ ਖੜ ਜੇ। ਪੁੱਤ ਇਹ ਦੁਨੀਆਦਾਰੀ ਦਾ ਨਾ ਤੈਨੂੰ ਪਤਾ ਨੀ ਹੈਗਾ, ਇਹ ਗੱਲਾਂ ਬਣਾਉਣ ਲੱਗੇ ਮਿੰਟ ਲਾਉਂਦੀ ਹੈ। ਮੰਮੀ ਤੁਸੀਂ ਮੈਨੂੰ ਰੋਜ਼ ਰੋਜ਼ ਕੀ ਸਮਝਾਉਂਦੇ ਹੁੰਦੇ ਹੋ, ਤੁਹਾਨੂੰ ਪਤਾ ਮੈਂ ਸਕੂਲ ਤੇ ਜਾਂਦੀ ਹਾਂ, ਮੈਂ ਛੋਟੀ ਬੱਚੀ ਥੋੜੀ ਹਾਂ। ਉਹ ਪੁੱਤ ਜਵਾਕ ਕਿੱਡੇ ਮਰਜ਼ੀ ਵੱਡੇ ਹੋ ਜਾਣਾ ਪਰ ਮਾਂ ਪਿਓ ਵਾਸਤੇ ਨਾ ਬੱਚੀ ਹੁੰਦੇ ਨੇ, ਤੂੰ ਸਾਡੀ ਕੱਲੀ ਕੱਲੀ ਦਾ ਧੀ ਆ, ਉਹ ਤੇਰੀ ਸੋਚ ਨਹੀਂ ਕਰਾਂਗੇ, ਹੋਰ ਕਿਹਦੀ ਸੋਚ ਕਰਾਂਗੇ ਪੁੱਤ ਅਸੀਂ ਪਤਾ। ਚਲੋ ਠੀਕ ਹੈ ਪਾਪਾ, ਮੈਂ ਸਕੂਲ ਜਾਂਦੀ ਹਾਂ, ਮੈਂ ਲੇਟ ਹੀ ਨਾ ਹੋ ਜਾ। ਜਾ ਮੇਰਾ ਠੀਕ ਆ। ਚੰਗਾ ਪੁੱਤ, ਮਾਂ ਪਿਓ ਦਾ ਤਾਂ ਫਰਜ਼ ਹੁੰਦਾ ਸਮਝਾਉਣ ਦਾ, ਪਰ ਅੱਜ ਕੱਲ ਦੇ ਜਵਾਕ ਨਾ ਸੋ ਹੋਰ ਹੀ ਸਮਝ ਜਾਂਦੇ ਨੇ। ਪੀ ਲਈ ਜੀ ਚਾਹ? ਹਾਂ ਲੈ ਪੀ ਲਈ। ਦੇਖ ਲੈ ਕਿਵੇਂ ਬੋਲਦੀ ਆ, ਵੀ ਜੇ ਤੇਰੀ ਸੋਚ ਨਹੀਂ ਕਰਾਂਗੇ ਹੋਰ ਕੌਣ ਕਰੂ ਭਲਾ। ਸਹੀ ਗੱਲ ਹੈ, ਮਾਂ ਬਾਪ ਹੀ ਕਰਨਗੇ। ਨਿਆਣੀ ਹੈ ਹਲੇ, ਨਾਲੇ ਆਪਣੀ ਕੁੜੀ ਲੋਕਾਂ ਦੀ ਕੁੜੀਆਂ ਵਰਗੀ ਨਹੀਂ ਹੈਗੀ, ਆਪਣੀ ਕੁੜੀ ਐ ਤਾਂ ਬਹੁਤ ਸਿਆਣੀ ਹੈ, ਦੇਖ ਕਿੰਨੀ ਸੋਹਣੀ ਗੱਲ ਕਰਕੇ ਗਈ ਹੈ। ਕਹਿੰਦੀ ਤੁਸੀਂ ਫਿਕਰ ਕਿਉਂ ਕਰਦੇ ਹੋ ਮੰਮੀ, ਤੁਹਾਨੂੰ ਪਤਾ ਤਾਂ ਹੈਗਾ ਮੈਂ ਸਿੱਧਾ ਹੀ ਜਾਂਦੀ ਹਾਂ ਤੇ ਸਿੱਧਾ ਹੀ ਆਉਂਦੀ ਹਾਂ। ਚੱਲ ਫਿਰ ਵੀ ਮਾਂ ਪਿਓ ਨੂੰ ਤਾਂ ਫਿਕਰ ਹੁੰਦੀ ਹੋਈ ਹੈ, ਮੈਂ ਤਾਂ ਇਹ ਕਹਿੰਦੀ ਸੀ ਜੀ ਸਾਨੂੰ ਵੀ ਦੇਖੋ ਇਹਦੀ ਦੱਸ ਜਦੋਂ ਇੱਥੇ ਪੂਰੀ ਹੋ ਗਈ ਨਾ ਪੜ੍ਹਾਈ, ਆਪਾਂ ਵਧੀਆ ਜਿਹੇ ਸਕੂਲ 'ਚ ਪਾ ਦਿੰਦੇ ਇਹਨੂੰ। ਮੈਂ ਵੀ ਇਹੀ ਸੋਚਦਾ ਸੀਗਾ, ਆਪਾਂ ਦਸਵੀਂ ਕਰ ਲੈਣ ਦੇ ਫਿਰ ਦੇਖਦੇ ਆਪਣਾ। ਮੈਂ ਕਹਿੰਦੀ ਸੀ ਆਪਾਂ ਚੰਡੀਗੜ੍�ਹ ਨਾ ਪਾ ਦਈਏ ਇਹਨੂੰ, ਜਿਹਦੇ ਘਰ ਮਾਚਲ ਚੰਡੀਗੜ੍ਹ ਲਿਖਿਆ ਹੋਇਆ ਆਪਾਂ ਚੰਡੀਗੜ੍ਹ ਭੇਜ ਦਾਂਗੇ, ਤੂੰ ਦੱਸ ਜਿੱਥੇ ਕਹਿਣਾ ਉੱਥੇ ਭੇਜ ਦਾਂਗੇ, ਹੋਰ ਦੱਸ। ਮੈਂ ਤਾਂ ਐਂ ਕਹਿੰਦੀ ਸੀ ਵੀ ਚੰਡੀਗੜ੍ਹ ਨਾ ਬਹੁਤ ਵਧੀਆ ਪੜ੍ਹਾਈ ਹੈ, ਜਵਾਖੜੀ ਪੜ੍ਹ ਲਿਖ ਕੇ ਨਾ ਕੋਈ ਵਧੀਆ ਚੰਗੀ ਨੌਕਰੀ 'ਤੇ ਲੱਗ ਜੂਗੀ ਹੈ ਨਾ, ਅਤੇ ਫਿਰ ਇੱਦਾਂ ਹੁੰਦਾ ਨਾ ਵੀ ਘਰ ਬਾਰ ਵੀ ਵਧੀਆ ਮਿਲ ਜਾਂਦਾ ਪੜ੍ਹੇ ਲਿਖੇ ਜਵਾਕ ਨੂੰ। ਉਹ ਆਪਾਂ ਤਾਂ ਪੈਸਾ ਲਾਉਣ ਵਾਲੇ ਹਾਂ, ਪੜ੍ਹਨਾ ਤਾਂ ਇਹਨੇ ਹੈ। ਤੂੰ ਐਂ ਕਰ ਰੋਟੀ ਬਣਾ, ਮੈਂ ਖੇਤ ਜਾਇਆ। ਕੋਈ ਗੱਲ ਨਹੀਂ, ਮੈਂ ਰੋਟੀ ਤਾਂ ਬਣਾਉਂਦੀ ਹਾਂ ਜੀ, ਬਣਾਉਣੀ ਕੀ ਸੱਚ, ਰੋਟੀ ਤਾਂ ਬਣੀ ਓ ਪਈ ਹੈਗੀ, ਉਹਦੇ ਵਾਸਤੇ ਬਣਾਈ ਸੀ ਮੈਂ ਉਦੋਂ ਕੱਠੀਆਂ ਲਾਤੀਆਂ। ਠੀਕ ਹੈ, ਐਂ ਦੱਸੋ ਜੀਰੀ ਆਪਣੀ ਵਧੀਆ ਖੜੀ ਹੈ? ਜੀਰੀ ਵਧੀਆ ਖੜੀ ਹੈ, ਕੱਖਾਂ ਵਾਲੀ ਦਵਾਈ ਪਾਤੀ ਤੀ ਮੈਂ, ਹੁਣ ਕੱਖ ਤਾਂ ਨਹੀਂ ਹੈ? ਨਾ ਹੈ ਨਹੀਂ ਗੇ, ਜੇ ਕੇਰਾਂ ਕੱਖ ਹੋ ਜਾਣ ਨਾ ਫਿਰ ਕਾਬੂ 'ਚ। ਬਸ ਇਹ ਵੀ ਪੂਰਾ ਉਹਦੀ ਇੱਕ ਬੋਰੀ ਰਹਿ ਗਈ, ਦੋ ਬੋਰੀਆਂ ਤਾਂ ਪਾਤੀਆਂ, ਤਿੰਨ ਕੇ ਪਾਵਾਂਗੇ। ਨਾ ਕੋਈ ਨਾ, ਮੈਂ ਲਿਆਉਣੀ ਹੈ ਰੋਟੀ, ਲਿਆ ਰੋਟੀ ਲਿਆ ਕੇ। ਲੈ ਆਈ ਗਈ ਫਿਰ ਜਿਹਦਾ ਇੰਤਜ਼ਾਰ ਸੀ, ਪਰ ਕੀ ਕਰਾਂ ਯਾਰ, ਜਦੋਂ ਕੋਲ ਆ ਜਾਂਦੀ ਹੈ ਤਾਂ ਕੁਛ ਬੋਲ ਹੀ ਨਹੀਂ ਹੁੰਦਾ, ਸਮਝ ਨਹੀਂ ਆਉਂਦੀ ਕਿਵੇਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਾਂ। ਹੋਰ ਵੀ ਸੈਂਡੀ,
ਮੈਂ ਤਾਂ ਠੀਕ ਹਾਂ, ਪਰ ਤੂੰ ਨਹੀਂ ਠੀਕ ਲੱਗਦਾ ਮੈਨੂੰ। ਕੀ ਕਰਾਂ ਯਾਰ, ਤੈਨੂੰ ਪਤਾ ਹੀ ਹੈ। ਉਹ ਮੈਨੂੰ ਪਤਾ ਤਾਂ ਹੈਗਾ, ਤੂੰ ਤਾਂ ਬਸ ਇਹਦੇ ਦੇਖਦੀ ਰਿਹਾ ਕਰ, ਹੋਰ ਤਾਂ ਤੇਰੇ ਤੋਂ ਕੁਛ ਹੁੰਦਾ ਨਹੀਂ। ਬਾਈ ਕੀ ਦੱਸਾਂ ਯਾਰ, ਜਦੋਂ ਕੋਲ ਆਉਂਦੀ ਹੈ ਹਿੰਮਤ ਹੀ ਨਹੀਂ ਹੁੰਦੀ ਕੁਛ ਕਹਿਣ ਦੀ, ਬਸ ਇੱਕ ਐਂ ਹੁੰਦਾ ਵੀ ਦੇਖਦੀ ਰਹਿਣਾ। ਉਹ ਤੈਨੂੰ ਨਹੀਂ ਪਤਾ ਆਹ ਕੋਲਾਂ ਪਿੱਛੇ ਕਿੰਨੇ ਕੁ ਕੌਮ ਫਿਰਦੇ ਨੇ। ਇਹ ਨਾ ਹੋਵੇ ਤੇਰੇ ਵਾਲੀ ਕੋਲ ਨੂੰ ਕੋਈ ਹੋਰ ਹੀ ਕਾਂ ਲੈ ਜੇ, ਜਾ ਕੇ ਪਿਆਰ ਦਾ ਇਜ਼ਹਾਰ ਕਰ ਦੇ ਆਪਦੇ ਦਾ। ਸਹੀ ਕਹਿ ਰਿਹਾ ਬਾਈ ਤੂੰ, ਇਸ ਤੋਂ ਪਹਿਲਾਂ ਜ਼ਿਆਦਾ ਦੇਰ ਹੋ ਜੀ, ਮੈਨੂੰ ਬੋਲ ਦੇਣਾ ਚਾਹੀਦਾ ਉਹਨੂੰ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ। ਐਵੇਂ ਫਿਰ ਸੈਡ ਸੌਂਗ ਹੀ ਸੁਣਦਾ ਫਿਰੇਂਗਾ। ਸਹੀ ਗੱਲ ਹੈ ਬਾਈ, ਸੈਡ ਸੌਂਗ ਸੁਣਨ ਨਾਲ ਤਾਂ ਵਧੀਆ ਗੱਲ ਹੈ, ਮੈਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ। ਮੇਰੀ ਮਨ ਪ੍ਰਪੋਜ਼ ਕਰਦੇ ਜਾ ਕੇ ਕਿਸੇ ਟਾਈਮ ਨੂੰ। ਕੋਈ ਨਾ ਬਾਈ, ਬਹੁਤ ਛੇਤੀ ਹੋਣ ਤੈਨੂੰ ਖੁਸ਼ਖਬਰੀ ਸੁਣਾਉਂ। ਚੱਲ ਠੀਕ ਆ, ਚੱਲ ਠੀਕ ਆ, ਚੰਗਾ ਹੋ ਗਿਆ, ਓਕੇ ਬਾਈ। ਰੋਜ਼ ਮੇਰੇ ਰਾਹਾਂ 'ਚ ਖੜਾ ਹੁੰਦਾ, ਨਾ ਮੈਨੂੰ ਕੁਛ ਬੋਲਦਾ ਨਾ ਕੁਛ ਕਹਿੰਦਾ, ਕੀ ਪਤਾ ਵੈਸੇ ਹੀ ਖੜਦਾ ਹੋਵੇ, ਜਿੱਦੇ ਕੁਛ ਕਹੂਗਾ ਉਹਦੇ ਦੇਖਾਂਗੇ। ਹਾਂਜੀ ਅੰਮੀ, ਪੜ੍ਹੀ ਜਾਂਦੀ ਹਾਂ। ਕੰਮ ਆ ਗਿਆ ਹੋਊ, ਕੰਮ ਦੇਖਦੀ ਹਾਂ ਮੈਂ ਫੋਨ 'ਤੇ। ਕਿ ਲਵ ਸਟੋਰੀ ਜੀ ਆਈ ਪਈ ਆ, ਚਲੋ ਕੰਮ ਤਾਂ ਬਾਅਦ ਚੋਂ ਕਰੂੰ, ਪਹਿਲਾਂ ਆ ਦੇਖਦੀ ਹਾਂ। ਹਾਏ, ਆ ਵੀਡੀਓ ਵਾਲਾ ਮੁੰਡਾ ਤਾਂ ਜਮਾਂ ਉਹ ਮੁੰਡੇ ਵਰਗਾ ਜਿਹੜਾ ਮੇਰੇ ਰਾਹਾਂ 'ਚ ਖੜਦਾ ਸੀ। ਇਹਨੇ ਵੀ ਉਹਨੂੰ ਉਵੇਂ ਹੀ ਪ੍ਰਪੋਜ਼ ਕੀਤਾ, ਦੋਵੇਂ ਜਣੇ ਪਿਆਰ 'ਚ ਪੈ ਕੇ ਕਿੰਨੇ ਖੁਸ਼ ਨੇ। ਸੰਦੀਪ। ਹਾਂਜੀ ਅੰਮੀ। ਤੂੰ ਤਾਂ ਕਹਿੰਦੀ ਸੀ ਮੈਂ ਪੜ੍ਹਾਈ ਕਰੀ ਜਾਂਦੀ ਹਾਂ, ਉਹ ਫੋਨ 'ਚ ਕੀ ਦੇਖਦੀ ਹੈ? ਨਹੀਂ ਜੀ, ਮੈਂ ਕੰਮ ਹੀ ਕਰੀ ਜਾਂਦੀ ਸੀ। ਅੱਛਾ ਪੁੱਤ, ਚੱਲ ਕੋਈ ਨਾ, ਤੂੰ ਐਂ ਕਰ, ਪਹਿਲਾਂ ਚਾਹ ਪੀ ਲੈ, ਆਹ ਚਾਹ ਠੰਡੀ ਹੋ ਜੂਗੀ, ਕੰਮ ਫੇਰ ਕਰ ਲਈ ਆਪਦਾ। ਹਾਂਜੀ ਕੋਈ ਨਾ, ਮੈਂ ਪੀ ਲੈਂਦੀ ਹਾਂ। ਪੀ ਲਈ ਪੁੱਤ, ਗੌਰ ਨਾਲ ਕਿਤੇ ਠੰਡੀ ਕਰ ਲੈ। ਹਾਂਜੀ। ਹਾਏ ਸ਼ੁਕਰ ਆ ਰੱਬ ਦਾ, ਮੰਮੀ ਨੂੰ ਕੁਛ ਪਤਾ ਨਹੀਂ ਲੱਗਿਆ। ਨਾਲੇ ਉਹ ਮੁੰਡਾ ਤਾਂ ਰੋਜ਼ ਮੇਰੇ ਰਾਹਾਂ 'ਚ ਖੜ ਜਾਂਦਾ, ਨਾ ਮੈਨੂੰ ਕੁਛ ਦੱਸਦਾ। ਹੁਣ ਤਾਂ ਮੈਨੂੰ ਕੱਲ੍ਹ ਦੀ ਵੇਟ ਆ, ਜੇ ਉਹ ਕੁਛ ਨਾ ਬੋਲਿਆ ਮੈਂ ਕੱਲ੍ਹ ਨੂੰ ਆਪੇ ਉਹ ਤੋਂ ਪੁੱਛ ਲੂੰ। ਆਈ ਗਈ, ਇਹਦਾ ਵੀ ਫਿਕਸ ਟਾਈਮ ਹੈ ਅਤੇ ਮੇਰਾ ਵੀ। ਇਹ ਵੀ ਇੱਕ ਮਿੰਟ ਲੇਟ ਨਹੀਂ ਹੁੰਦੀ ਸਕੂਲ ਜਾਣ ਤੋਂ, ਅਤੇ ਲੇਟ ਤਾਂ ਮਿੱਤਰਾ ਤੂੰ ਵੀ ਨਹੀਂ ਹੁੰਦਾ। ਚੱਲ ਕੋਈ ਨਾ, ਤੂੰ ਤਾਂ ਦੇਖਣਾ ਹੀ ਹੁੰਦਾ, ਦੇਖ ਲੈ, ਕਹਿ ਤਾਂ ਕੁਛ ਸਕਦਾ ਨਹੀਂ। ਗੱਲ ਸੁਣੋ। ਹਾਂਜੀ। ਤੁਸੀਂ ਰੋਜ਼ ਮੇਰੇ ਰਾਹ 'ਚ ਖੜ੍ਹੇ ਹੁੰਦੇ ਹੋ, ਕੁਛ ਕਹਿਣਾ ਚਾਹੁੰਦੇ ਹੋ? ਨਹੀਂ ਜੀ, ਕੁਛ ਨਹੀਂ ਆਖਣਾ ਚਾਹੁੰਦੇ। ਕਹਿਣਾ ਤਾਂ ਚਾਹੁੰਦੇ ਹੋ ਪਰ ਹਿੰਮਤ ਨਹੀਂ ਹੁੰਦੀ।
ਚਲੋ ਜੇ ਬੋਲ ਕੇ ਨਹੀਂ ਕਹਿਣਾ ਤਾਂ ਲਿਖ ਕੇ ਦੱਸ ਦਿਓ। ਆ ਲਓ ਮੇਰੀ ਕਾਪੀ, ਮੈਂ ਅੱਡੇ 'ਤੇ ਤੁਹਾਡਾ ਵੇਟ ਕਰੂੰਗੀ। ਠੀਕ ਹੈ। ਸਹੀ ਕਹਿ ਰਹੀ ਆ ਯਾਰ, ਬੋਲ ਕੇ ਤਾਂ ਦੱਸਿਆ ਨਹੀਂ ਯਾਰ, ਇਹਨੂੰ ਲਿਖ ਕੇ ਦੱਸ ਦਿੰਦਾ, ਨਾਲੇ ਪੈਨ ਕਾਪੀ ਵੀ ਆਪਣਾ ਦੇ ਦੀ। ਹੈਲੋ ਜੀ, ਮੈਂ ਆਪਣੇ ਦਿਲ ਦੀ ਸਾਰੀ ਗੱਲ ਇਹਦੇ ਵਿੱਚ ਲਿਖਤੀ। ਬਸ ਆਹੀ ਗੱਲ ਸੀ, ਇਹ ਵੀ ਨਹੀਂ ਬੋਲਿਆ ਗਿਆ, ਬੋਲਣ ਤੋਂ ਡਰ ਲੱਗਦਾ ਸੀ। ਹਾਂਜੀ, ਡਰ ਲੱਗਦਾ ਸੀ, ਮੈਂ ਡਰਦਾ ਸੀ ਜੇ ਤੈਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਤਾ ਕਿਤੇ ਤੂੰ ਨਾਰਾਜ਼ ਹੀ ਨਾ ਹੋ ਜਾਵੀਂ, ਫਿਰ ਤਾਂ ਮੈਂ ਦੇਖਣ ਨੂੰ ਵੀ ਜਾਂਦਾ, ਬਸ ਤੈਨੂੰ ਦੇਖ ਲੈਂਦਾ ਸੀ, ਇਸੇ ਵਿੱਚ ਮੈਨੂੰ ਸਬਰ ਸੀ। ਦੇਖਦੀ ਤਾਂ ਤੁਹਾਨੂੰ ਮੈਂ ਵੀ ਰੋਜ਼ ਸੀ, ਮੈਂ ਵੀ ਤੁਹਾਨੂੰ ਪਿਆਰ ਕਰਨ ਲੱਗ ਗਈ ਸੀ। ਅੱਛਾ ਜੀ, ਜੇ ਤੁਸੀਂ ਮੈਨੂੰ ਪਿਆਰ ਕਰਨ ਲੱਗ ਗਏ ਸੀ ਤਾਂ ਪਹਿਲਾਂ ਤੁਸੀਂ ਇਹ ਆਖ ਦਿੰਦੇ। ਕੁੜੀਆਂ ਕਦੇ ਨਹੀਂ ਪਹਿਲ ਕਰਦੀਆਂ ਹੁੰਦੀਆਂ, ਹਮੇਸ਼ਾ ਪਹਿਲ ਮੁੰਡਿਆਂ ਨੂੰ ਹੀ ਕਰਨੀ ਪੈਂਦੀ ਹੈ। ਸਹੀ ਕਹਿ ਰਹੇ ਹੋ ਜੀ, ਪਹਿਲ ਹਮੇਸ਼ਾ ਮੁੰਡੇ ਹੀ ਕਰਦੇ ਨੇ ਜੀ। ਹਲੇ ਵੀ ਨਹੀਂ ਕਿਹਾ ਜਾਂਦਾ ਤੁਹਾਡੇ ਤੋਂ, ਚਲੋ ਮੈਂ ਹੀ ਕਹਿ ਦਿੰਦੀ ਹਾਂ, ਆਈ ਲਵ ਯੂ। ਲਵ ਯੂ ਟੂ ਜੀ। ਇੱਕ ਗੱਲ ਆਖਾਂ ਜੀ। ਹਾਂਜੀ। ਗੁੱਸਾ ਤਾਂ ਨਹੀਂ ਕਰਦੇ? ਨਹੀਂ ਜੀ, ਬੋਲੋ। ਆਪਾਂ ਕਿਤੇ ਅਸੀਂ ਜਗ੍ਹਾ 'ਤੇ ਚੱਲੀਏ ਜਿੱਥੇ ਬੈਠ ਕੇ ਢੇਰ ਸਾਰੀਆਂ ਗੱਲਾਂ ਕਰ ਸਕੀਏ। ਅੱਜ ਤਾਂ ਨਹੀਂ, ਅੱਜ ਤਾਂ ਮੈਂ ਸਕੂਲ ਜਾਂਦੀ ਹਾਂ, ਕੱਲ੍ਹ ਨੂੰ ਦੇਖ ਲਾਂਗੇ ਆਪਾਂ। ਚਲੋ ਠੀਕ ਹੈ, ਕੱਲ੍ਹ ਨੂੰ ਟਾਈਮ ਕੱਢਿਓ ਫਿਰ। ਚਲੋ ਓਕੇ, ਮੇਰੀ ਵੀ ਬੱਸ ਦਾ ਟਾਈਮ ਹੋ ਗਿਆ। ਚਲੋ ਠੀਕ ਹੈ ਜੀ, ਮੈਂ ਵੀ ਚੱਲਦਾ, ਕਿਤੇ ਇੱਥੇ ਆਪਾਂ ਨੂੰ ਖੜਾ ਕੋਈ ਦੇਖ ਹੀ ਨਾ ਲੱਗਦਾ। ਹਾਂਜੀ, ਚਲੋ ਠੀਕ ਹੈ, ਸਵੇਰੇ ਮਿਲਦੇ। ਓਕੇ, ਬਾਏ। ਤੁਸੀਂ ਉੱਧਰ ਖੜੇ ਕੀ ਕਰੀ ਜਾਂਦੇ ਸੀ? ਉਹ ਤਾਰ ਮੱਚ ਗਈ ਜੀ, ਉਹ ਠੀਕ ਕਰੀ ਜਾਏਗਾ। ਕਿੰਨੀ ਮਰਜ਼ੀ ਠੀਕ ਕਰੀ ਜਾਓ, ਆ ਲਾਈਟ ਵਾਲੇ ਨੇ ਲਾਈਟ ਤਾਂ ਛੱਡਣੀ ਨਹੀਂ। ਹਾਂ, ਉਹ ਤਾਂ ਅੱਜ ਫੇਰ ਧਰਨਾ ਲੱਗ ਰਿਹਾ ਹੈਗਾ। ਅੱਛਾ, ਸਤਿ ਸ਼੍ਰੀ ਅਕਾਲ ਮੰਮਾ। ਸਤਿ ਸ਼੍ਰੀ ਅਕਾਲ ਪੁੱਤ, ਕੀ ਗੱਲ, ਅੱਜ ਮੇਰਾ ਪੁੱਤ ਬੜਾ ਖੁਸ਼ ਲੱਗ ਰਿਹਾ ਹੈ। ਮੇਰੀ ਨਾ ਸਹੇਲੀ ਦਾ ਜਨਮ ਦਿਨ ਸੀ, ਉਹਨੇ ਬਹੁਤ ਵੱਡੀ ਪਾਰਟੀ ਕੀਤੀ, ਅਸੀਂ ਬਹੁਤ ਮਸਤੀ ਕੀਤੀ। ਅੱਛਾ ਜੀ, ਫੇਰ ਤਾਂ ਮੇਰਾ ਪੁੱਤ ਰੱਜ ਕੇ ਆਇਆ ਅੱਜ। ਓਹ ਜੀ, ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਹੋ, ਪਾਰਟੀ 'ਚੋਂ ਆਈ ਹੈ, ਹੋਰ ਭਲਾ ਭੁੱਖੀ ਆਊਗੀ। ਜਾ ਪੁੱਤ, ਅੰਦਰ ਜਾ ਕੇ ਕੱਪੜੇ ਚੇਂਜ ਕਰ ਲੈਂਦੇ। ਹਾਂਜੀ ਅੰਮਾ, ਮੈਂ ਕੱਪੜੇ ਚੇਂਜ ਕਰਦੀ। ਚੰਗਾ ਪੁੱਤ। ਆ ਕਿੰਨੀ ਖੁਸ਼ ਲੱਗ ਰਹੀ ਹੈ ਮੇਰੀ ਧੀ ਅੱਜ। ਹਾਂਜੀ ਹਾਂਜੀ, ਚਲੋ ਵਧੀਆ, ਜਵਾਕਾਂ ਦੀ ਖੁਸ਼ੀ 'ਚ ਮਾਂ ਪਿਓ ਦੀ ਖੁਸ਼ੀ ਹੁੰਦੀ ਹੈ। ਮੈਂ ਤਾਂ ਨਾ ਸੱਚੀ ਰੱਬ ਕੋਲ ਇਹੀ ਅਰਦਾਸ ਕਰਦੀ ਹਾਂ ਕਿ ਮੇਰੀ ਧੀ ਜ਼ਿੰਦਗੀ ਪਰ ਇੱਦਾਂ ਹੀ ਹੱਸਦੀ ਖੇਡਦੀ ਰਹੇ, ਮੇਰੀ ਧੀ ਨੂੰ ਕਦੇ ਵੀ ਕੋਈ ਦੁੱਖ ਤਕਲੀਫ ਨਾ ਆਵੇ। ਮੈਨੂੰ ਜੀ ਇੱਕ ਗੱਲ ਤਾਂ ਸਮਝ ਨਹੀਂ ਆਉਂਦੀ ਹੈਗੀ, ਆਹ ਲੋਕ ਪਤਾ ਨਹੀਂ ਕਿਉਂ ਆਪਦੀ ਧੀਆਂ ਨੂੰ ਪੜ੍ਹ ਨਹੀਂ ਦਿੰਦੇ ਹੈਗੇ, ਉਹਨਾਂ ਨੂੰ ਘਰੇ ਬਿਠਾ ਲੈਂਦੇ ਨੇ, ਨਿੱਕੀ ਨਿੱਕੀਆਂ ਨੂੰ ਵਿਆਹ ਕੇ ਤੋਰ ਦਿੰਦੇ ਨੇ। ਲੈ ਦੱਸ ਭਲਾ, ਕੁੜੀਆਂ ਕਿਹੜਾ ਰਾਤ ਨੂੰ ਉੱਠ ਕੇ ਖਾਂਦੀਆਂ ਨੇ ਹੈ? ਇਹ ਵੀ ਵਿਚਾਰੀਆਂ ਆਪਦਾ ਕਰਮ ਲਿਖਿਆ ਕੇ ਲਿਆਉਂਦੀਆਂ ਨੇ। ਆਪਣੀ ਧੀ ਦੇਖ ਲੈ ਕਿੰਨੀ ਸਿਆਣੀ ਹੈ, ਮੈਨੂੰ ਤਾਂ ਮਾਣ ਹੈ ਮੇਰੇ ਪੁੱਤ 'ਤੇ, ਆਪਣਾ ਤਾਂ ਪੁੱਤ ਵੀ ਇਹੀ ਹੈ ਅਤੇ ਧੀ ਵੀ ਇਹੀ ਹੈ। ਉਹ ਚੱਲ ਛੱਡ ਪਰਾਂ, ਕਿਉਂ ਟੈਨਸ਼ਨ ਲੈਂਦੀ ਹੈ, ਲੋਕਾਂ ਦਾ ਮਨ ਇਹੋ ਜਿਹੀ ਨੇ, ਕਦੇ ਕੁਛ ਕਹਿੰਦੇ ਨੇ ਕਦੇ ਕੁਛ, ਆਪਦੇ ਉਹ ਰੱਖਿਆ ਕਰ। ਤੁਸੀਂ ਮੇਰੀ ਗੱਲ ਸੁਣ ਲਓ ਜੀ, ਜਿੰਨਾ ਵੀ ਆਪਣੀ ਧੀ ਪੜ੍ਹਨਾ ਚਾਹੁੰਦੀ ਹੈ ਨਾ, ਆਪਾਂ ਤਾਂ ਉਨਾ ਪੜ੍ਹਾਵਾਂਗੇ, ਆਪਾਂ ਨਹੀਂ ਕਿਸੇ ਦੇ ਪਿੱਛੇ ਲੱਗਦੇ ਹੈਗੇ। ਉਹ ਫਿਕਰ ਕਿਉਂ ਕਰਦੀ ਆ, ਕਈ ਵਾਰ ਤਾਂ ਤੈਨੂੰ ਮੈਂ ਕਹਿਤਾ, ਤੂੰ ਜੋ ਕੁਛ ਮਰਜ਼ੀ ਕਰੀ ਜਾ, ਹੋਰ ਦੱਸ। ਚੱਲ ਚੰਗਾ ਜੀ, ਬਹਿ ਜਾਓ ਤੁਸੀਂ, ਮੈਂ ਤੁਹਾਡੇ ਵਾਸਤੇ ਚਾਹ ਲਿਆ ਮੈਨੂੰ ਬਣਾ ਥੋੜੀ। ਪੱਤੀ ਮੜਾ ਤੇਜ਼ ਪਾ ਲਿਆ ਕਰ, ਉਹ ਬਣੀ ਪਈ ਹੈ ਚਾਹ ਤਾਂ। ਅੱਛਾ, ਮੈਂ ਲਿਆਉਣੀ ਹੈ, ਤੁਸੀਂ ਉੱਧਰ ਕੋਠੇ ਤੇ ਚੜੇ ਹੋਏ ਸੀਗੇ। ਓਹੋ,
ਮੰਮੀ ਹੁਣ ਮੈਂ ਤੁਹਾਨੂੰ ਕੀ ਦੱਸਾਂ, ਮੇਰੀ ਖੁਸ਼ੀ ਦਾ ਕਾਰਨ ਮੇਰੀ ਸਹੇਲੀ ਦਾ ਬਰਥਡੇ ਨਹੀਂ, ਮੇਰਾ ਨਵਾਂ ਨਵਾਂ ਪਿਆਰ ਆ ਜੋ ਹੁਣੇ ਸ਼ੁਰੂ ਹੋਇਆ। ਹੁਣੇ ਤਾਂ ਮੈਨੂੰ ਮਿੱਠੇ ਮਿੱਠੇ ਖਾਬ ਆਉਣੇ ਸ਼ੁਰੂ ਹੋਏ ਆ। ਹਾਂਜੀ ਦੱਸੋ ਕੀ ਖਾਓਗੇ ਫਿਰ? ਪੀਜ਼ਾ ਮੰਗਾ ਲਓ। ਪੀਜ਼ਾ? ਹੈਲੋ ਬ੍ਰਦਰ, ਆ ਇੱਕ ਵੈਜ ਪੀਜ਼ਾ ਲਾ ਦੇ ਯਾਰ। ਹਾਂਜੀ ਲਾ ਰਿਹਾ। ਯਾਰ ਤੈਨੂੰ ਇੱਕ ਗੱਲ ਆਖਾਂ। ਹਾਂਜੀ ਬੋਲੋ। ਜੇ ਤੂੰ ਮੈਨੂੰ ਪਿਆਰ ਲਈ ਹਾਂ ਨਾ ਕਰਦੀ ਨਾ ਤਾਂ ਮੈਂ ਤਾਂ ਮਰੀ ਜਾਣਾ ਸੀ, ਸੌਣ ਲੱਗੇ ਤੇਰੇ ਬਿਨਾਂ ਮੇਰੇ ਤੋਂ ਜੀ ਨਹੀਂ ਹੋਣਾ ਸੀ। ਮੈਂ ਤਾਂ ਬਹੁਤ ਪਿਆਰ ਕਰਦਾ ਤੈਨੂੰ। ਅੱਛਾ ਜੀ, ਇੰਨਾ ਪਿਆਰ ਕਰਦੇ ਹੋ? ਹਾਂਜੀ ਬਹੁਤ ਜ਼ਿਆਦਾ ਪਿਆਰ ਕਰਦਾ। ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਂ ਤੁਹਾਡੇ ਤੋਂ ਜ਼ਿਆਦਾ ਪਿਆਰ ਕਰਦੀ ਹਾਂ ਤੁਹਾਨੂੰ। ਅੱਛਾ ਜੀ, ਜੇ ਤੁਸੀਂ ਮੈਨੂੰ ਜ਼ਿਆਦਾ ਪਿਆਰ ਕਰਦੇ ਹੋ ਤਾਂ ਫਿਰ ਸਾਬਤ ਕਰੋਗੇ? ਹਾਂਜੀ ਪਰ ਕਿਵੇਂ? ਜਿੱਥੇ ਮੈਂ ਤੁਹਾਨੂੰ ਕਹੂੰਗਾ ਬਸ ਮੇਰੇ ਨਾਲ ਚੱਲਣਾ ਹੋ, ਜਿਵੇਂ ਮੈਂ ਆਖੂੰਗਾ ਉਵੇਂ ਕਰਨਾ ਹੋ। ਜੇ ਤੁਸੀਂ ਇਹ ਸਾਰਾ ਕੁਛ ਕਰ ਗਏ ਤਾਂ ਮੈਂ ਸਮਝੂੰਗਾ ਤੁਸੀਂ ਵਾਕਈ ਮੈਨੂੰ ਮੇਰੇ ਨਾਲੋਂ ਜ਼ਿਆਦਾ ਪਿਆਰ ਕਰਦੇ ਹੋ। ਹਾਂਜੀ ਤੁਹਾਨੂੰ ਮੈਂ ਪਿਆਰ ਤਾਂ ਬਹੁਤ ਕਰਦੀ ਹਾਂ, ਤੁਹਾਡੇ ਪਿਆਰ ਲਈ ਮੈਂ ਕੁਛ ਵੀ ਕਰੂੰਗੀ, ਜਿੱਥੇ ਕਹੋਗੇ ਉੱਥੇ ਚੱਲ ਜੂੰਗੀ, ਜੋ ਕਹੋਗੇ ਉਹ ਕਰੂੰਗੀ। ਚਲੋ ਠੀਕ ਹੈ ਫਿਰ ਆਪਾਂ ਨਾ ਕੱਲ੍ਹ ਨੂੰ ਚੱਲਾਂਗੇ, ਜਿੱਥੇ ਮੈਂ ਲੈ ਕੇ ਜਾਊਂ ਬਸ ਚੁੱਪ ਕਰਕੇ ਤੁਰ ਚੱਲੀ। ਠੀਕ ਹੈ ਚਲ ਆ ਪੀਜ਼ਾ ਗਿਆ ਖਾਣੇ। ਠੀਕ ਹੈ ਲੈ ਆ ਜਾ ਬਈ। ਬਸ ਯਾਰ ਤੂੰ ਮੈਨੂੰ ਨਾ ਐਵੇਂ ਪਿਆਰ ਕਰਦੀ ਰਹੀ, ਕਦੇ ਵੀ ਨਾ ਧੋਖਾ ਨਾ ਆਉਂਦੀ। ਠੀਕ ਹੈ? ਠੀਕ ਹੈ ਜੀ। ਲੈ ਆ ਗਏ ਆਪਾਂ। ਆ ਤੁਸੀਂ ਮੈਨੂੰ ਕਿੱਥੇ ਲੈ ਆਏ? ਉਹ ਤੂੰ ਥੱਲੇ ਦਫ਼ਤਰ ਆ, ਦੱਸਦਾ ਤੈਨੂੰ। ਚਲੋ ਜੀ। ਆ ਜਾ ਲੈ ਕਰ ਤੁਰੇ ਬੈਠ। ਪਹਿਲਾਂ ਮੈਂ ਤੇਰਾ ਮੂੰਹ ਮਿੱਠਾ ਕਰਾਉਣਾ ਹੈਗਾ। ਕਹਿੰਦੇ ਹੁੰਦੇ ਨੇ ਕੋਈ ਵੀ ਸ਼ੁਰੂਆਤ ਹੈ ਮਿੱਠੇ ਤੋਂ ਕਰਨੀ ਚਾਹੀਦੀ ਹੈ ਨਾ। ਤੂੰ ਬੈਠ ਮੈਂ ਆਇਆ। ਠੀਕ ਹੈ। ਲੈ ਤੇਰੇ ਵਾਸਤੇ ਨਾ ਮਰੂਦ ਤੋੜ ਕੇ ਲੈ, ਆਹ ਫੜ ਤੇਰੇ ਵਰ ਗਈ ਹੈ, ਇਹ ਤੂੰ ਖਾ ਲੈ ਦੇਖ ਮਿੱਠਾ ਹੈ ਘੋੜਾ। ਕਿਵੇਂ ਲੱਗਿਆ? ਕੈਂਟ ਖਾ ਫਿਰ ਫਟਾਫਟ। ਲੈ ਖਾ ਲਿਆ ਅਮਰੂਦ? ਹਾਂਜੀ। ਚੱਲ ਐਂ ਕਰ ਅੰਦਰ ਚੱਲਦੇ ਹਾਂ ਫਿਰ। ਨਹੀਂ ਯਾਰ ਅੰਦਰ ਨਾ ਮੈਨੂੰ ਕੁਛ ਠੀਕ ਜਿਹਾ ਨਹੀਂ ਲੱਗਦਾ, ਆਪਾਂ ਇੱਥੇ ਬੈਠ ਕੇ ਗੱਲਾਂ ਕਰ ਲੈਂਦੇ ਹਾਂ। ਕਿਉਂ ਯਾਰ ਅੰਦਰ ਜਾਣ 'ਚ ਕੀ ਹਰਜ ਹੈ? ਨਾਲੇ ਤੂੰ ਹੀ ਤਾਂ ਆਖਿਆ ਸੀ ਜਿੱਥੇ ਮਰਜ਼ੀ ਲੈ ਜੀ, ਜੋ ਕਰਨ ਨੂੰ ਆਖੂੰਗੀ ਉਹੀ ਕਰੂੰਗੀ। ਮੈਨੂੰ ਤਾਂ ਇਹ ਲੱਗਦਾ ਯਾਰ ਤੇਰੇ ਦਿਲ ਵਿੱਚ ਨਾ ਮੇਰੇ ਲਈ ਪਿਆਰ ਹੀ ਨਹੀਂ ਹੈਗਾ। ਚੱਲ ਠੀਕ ਹੈ ਯਾਰ, ਜੇ ਤੂੰ ਮੇਰਾ ਪਿਆਰ ਹੀ ਜ਼ਮਾਉਣਾ ਤਾਂ ਚੱਲ ਲੈ ਚੱਲ ਅੰਦਰ, ਜੋ ਕਰਨਾ ਕਰ ਲਾ। ਚੱਲ ਆ ਜਾ ਖਬਰ ਮੈਂ ਚਾਬੀ ਚੱਕ ਲਾ। Thank you.
ਆਪਾਂ ਜੋ ਵੀ ਕੀਤਾ ਕੁਛ ਗਲਤ ਤਾਂ ਨਹੀਂ ਕੀਤਾ। ਹੁਣ ਲੈ ਕਮਲੀ ਨਾ ਹੋਵੇ, ਇਹਦੇ ਵਿੱਚ ਗਲਤ ਵਾਲੀ ਕਿਹੜੀ ਗੱਲ ਹੈ, ਨਾਲੇ ਇਹੀ ਤਾਂ ਸੱਚਾ ਪਿਆਰ ਹੈਗਾ। ਤੂੰ ਐਵੇਂ ਨਾ ਡਰ, ਤੂੰ ਚੱਲ ਗੱਡੀ 'ਚ ਬੈਠ, ਮੈਂ ਜਿੰਦਾ ਲਾ ਕੇ ਆਇਆ। ਸੰਦੀਪ ਪੁੱਤ। ਹਾਂਜੀ ਅੰਮੀ। ਪੁੱਤ ਪੜ੍ਹਾਈ ਕਿੱਦਾਂ ਚੱਲਦੀ ਤੇਰੀ? ਪੜ੍ਹਾਈ ਵਧੀਆ ਚੱਲ ਰਹੀ ਆ। ਅੱਛਾ ਜੀ। ਹਾਂਜੀ। ਚੱਲ ਪੁੱਤ, ਤਾਂ ਬਾਹਲੀ ਚੰਗੀ ਗੱਲ ਹੈ, ਤੂੰ ਨਾ ਮਨ ਲਾ ਕੇ ਪੜ੍ਹਿਆ ਕਰ। ਹਾਂਜੀ ਅੰਮੀ, ਤੁਹਾਨੂੰ ਪਤਾ ਹੀ ਆ ਮੈਂ ਮਨ ਲਾ ਕੇ ਪੜ੍ਹਦੀ ਹਾਂ, ਹੁਣ ਤਾਂ ਮੇਰਾ ਬਹੁਤ ਦਿਲ ਲੱਗਦਾ ਸਕੂਲ 'ਚ। ਅੱਛਾ ਪੁੱਤ। ਹਾਂਜੀ। ਚੱਲ ਪੁੱਤ, ਇਹ ਤਾਂ ਬਾਹਲੀ ਚੰਗੀ ਗੱਲ ਹੈ, ਮੈਨੂੰ ਤੇ ਤੇਰੇ ਪਾਪੇ ਨੂੰ ਨਾ ਬਹੁਤ ਆਸਾਂ ਨੇ ਤੇਰੇ 'ਤੇ ਹੀ। ਹਾਂਜੀ। ਨਾਲੇ ਪੁੱਤ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲੈ, ਦੇਖੀ ਸੱਚੀ ਮੈਨੂੰ ਬਹੁਤ ਫਿਕਰ ਲੱਗਿਆ ਰਹਿੰਦਾ ਹੁਣ ਤੇਰਾ, ਧਿਆਨ ਰੱਖਿਆ ਕਰ ਪੁੱਤ ਹਰ ਇੱਕ ਗੱਲ ਦਾ, ਪਤਾ ਨਹੀਂ ਟਾਈਮ ਕਿੱਦਾਂ ਦੇ ਆ ਰਹੇ ਨੇ। ਸੱਚੀ ਜਦੋਂ ਵੀ ਕੋਈ ਖਬਰ ਸੁਣ ਲਿਆ ਨਾ ਕਿਸੇ ਦਿੱਤੀ ਭੈਣ ਦੀ, ਮੇਰੇ ਤਾਂ ਕਾਲ ਜਿਹਾ ਨਿਕਲ ਜਾਂਦਾ। ਤੈਨੂੰ ਵਾਰੀ ਵਾਰੀ ਕਹਿੰਦੀ ਹਾਂ ਪੁੱਤ, ਮੈਂ ਮਾੜਾ ਜਿਹਾ ਉਹਦਾ ਧਿਆਨ ਰੱਖਿਆ ਕਰ ਹਰ ਇੱਕ ਗੱਲ ਦਾ, ਹੈ ਨਾ। ਸੰਦੀਪ ਕੀ ਹੋ ਗਿਆ? ਸੰਦੀਪ ਕੀ ਹੋਇਆ ਪੁੱਤ ਤੈਨੂੰ? ਤੇਰੀ ਸਿਹਤ ਤਾਂ ਠੀਕ ਹੈ, ਮੈਂ ਤੈਨੂੰ ਕਿੰਨੇ ਵਾਰ ਕਿਹਾ ਬਈ ਏਦਾਂ ਗਰਮੀ 'ਚ ਨਾ ਫਿਰਿਆ ਕਰ, ਚੱਲ ਕੁੜਲੀ ਕਰ ਲੈ, ਚੱਲ ਛਾਂ 'ਚ ਬੈਠ, ਚੱਲ ਉੱਥੇ ਛਾਵੇਂ। ਮੈਂ ਤੈਨੂੰ ਹਰ ਰੋਜ਼ ਕਹਿੰਦੀ ਹਾਂ ਵੀ ਪੁੱਤ ਆਪਣਾ ਧਿਆਨ ਰੱਖਿਆ ਕਰ, ਨਾ ਇਹੋ ਜਿਹਾ ਕੀ ਖਾਧਾ ਗਾ, ਉਲਟੀਆਂ ਲੱਗ ਗਈ ਜਿਹੜੀਆਂ। ਕੁਛ ਨਹੀਂ ਮੰਮੀ, ਉਲਟਾ ਸਿੱਧਾ ਖਾ ਲਿਆ, ਤੁਸੀਂ ਟੈਨਸ਼ਨ ਨਾ ਲਓ, ਕੋਈ ਗੱਲ ਨਹੀਂ। ਉੱਤੇ ਤਲਿਆ ਫਲਿਆ ਕਾਹ ਤੋਂ ਖਾਇਆ ਕਰਦੀ ਹੈ ਤੂੰ? ਹੈ ਚੱਲ ਤੂੰ ਬੈਠ, ਮੈਂ ਤੇਰੇ ਪਾਪੇ ਨੂੰ ਫੋਨ ਲਾਉਂਦੀ ਹਾਂ, ਤੈਨੂੰ ਡਾਕਟਰ ਦੇ ਲੈ ਜਾਊਗਾ। ਰਹਿਣ ਦੋ, ਐਡੀ ਕੋਈ ਗੱਲ ਨਹੀਂ ਹੈਗੀ, ਮੈਨੂੰ ਘਬਰਾਹਟ ਹੋ ਜਾਂਦੀ ਸੀ ਤਾਂ ਉਲਟੀ ਆ ਗਈ। ਇੱਕ ਤਾਂ ਗਰਮੀ ਕਿੰਨੀ ਹੋ ਰਹੀ ਹੈ, ਇੱਕ ਉੱਤੋਂ ਤੂੰ ਟਿਕਦੀ ਨਹੀਂ ਹੈਗੀ, ਵਿੱਚ ਘਰ ਦੇ ਕੰਮਾਂ 'ਚ ਵੀ ਫਸ ਜਾਂਦੀ ਹਾਂ। ਚੱਲ ਇੱਥੇ ਆਰਾਮ ਕਰ, ਐਂ ਕਰ ਸੱਚ ਅੰਦਰ ਚੱਲ, ਪੱਖਾ ਚੱਲਦਾਗਾ, ਇੱਥੇ ਤਾਂ ਗਰਮੀ ਪਹਿਲੀ ਬਹੁਤ ਹੈ। ਚੱਲ ਪੁੱਤ ਠੀਕ ਹੋ ਜਾਏਗੀ, ਮੈਂ ਤੈਨੂੰ ਨਿੰਬੂ ਪਾਣੀ ਲਿਆਉਂਦੀ ਹਾਂ ਬਣਾ ਕੇ, ਚੰਗਾ ਚੱਲ ਅੰਦਰ। ਸੰਦੀਪ ਹਾਏ ਰੱਬਾ, ਆ ਕੀ ਅੱਜ ਇਹ ਉਲਟੀਆਂ ਹੀ ਕਰੀ ਜਾਂਦੀ ਹੈ, ਜਦੋਂ ਵੀ ਕੋਈ ਮਾੜੀ ਜਿਹੀ ਚੀਜ਼ ਖਾ ਲੇ ਨਾਲ ਦੀ ਨਾਲ ਉਲਟੀ, ਇਹਦੇ ਕੁਛ ਪਚਦਾ ਹੀ ਨਹੀਂ ਹੈਗਾ, ਆ ਕੀ ਹੋ ਸਕਦਾ? ਅੱਗੇ ਤਾਂ ਇਹਨੂੰ ਏਦਾਂ ਕਦੇ ਕੁਛ ਹੋਇਆ ਨਹੀਂ, ਕਿਤੇ ਕੋਈ ਮੈਂ ਮਰ ਜਾ। ਇਹ ਤਾਂ ਉਦੋਂ ਹੀ ਹੁੰਦਾ ਹੁੰਦਾ ਜਦੋਂ ਕੋਈ ਮਾਂ ਵੜਨ ਵਾਲੀ ਹੁੰਦੀ ਹੈ, ਕਿਤੇ ਸੰਦੀਪ ਨੇ ਝਾੜ ਤਾਂ ਨਹੀਂ ਤੱਕ ਜਾਂਦਾ। ਹਾਏ ਰੱਬਾ, ਜਿਹੜੀ ਗੱਲ ਦਾ ਮੈਨੂੰ ਡਰ ਲੱਗਦਾ ਸੀ ਕਿਤੇ ਉਹੀ ਗੱਲ ਤਾਂ ਨਹੀਂ ਬਣ ਗਈ। ਕੋਈ ਨਾ, ਆਪਣੀ ਤਿਆ ਕੁੜੀ ਜੀ ਨੂੰ ਪੁੱਛਦੀ ਹਾਂ ਮੈਂ ਵੀ ਇਹੋ ਜਿਹੀ ਕੀ ਗੱਲ ਹੈ ਜਿਹੜੀ ਉਲਟੀਆਂ ਲੱਗ ਰਹੀਆਂ ਨੇ। ਤੈਨੂੰ ਮੈਂ ਡਾਕਟਰ ਦੇ ਜਾਣ ਨੂੰ ਕਿਹਾ, ਉਦੋਂ ਵੀ ਇਹ ਮਨਾ ਕਰ ਗਈ, ਨਹੀਂ ਜੇ ਕੋਈ ਡਾਕਟਰ ਵਾਲੀ ਗੱਲ ਹੁੰਦੀ ਤਾਂ ਇਹਨੇ ਕਹਿ ਦੇਣਾ ਸੀ ਵੀ ਹਾਂ ਮੰਮੀ ਮੈਨੂੰ ਦਵਾਈ ਦਵਾ ਲਿਆਓ। ਸੰਦੀਪਾ ਨੀ ਕੁੜੀਏ, ਸੁਣਦਾ ਨੀ ਤੈਨੂੰ? ਆ ਬਾਰੇ ਆ ਨਾ, ਕੀ ਗੱਲ ਅੱਜ ਬਾਲੀਏ ਉਲਟੀਆਂ ਨੀ ਕਰੀ ਜਾਂਦੀ ਤੂੰ? ਨਹੀਂ ਮੰਮੀ, ਮੈਨੂੰ ਗਰਮੀ ਜੀ ਲੱਗ ਗਈ।
ਮੈਂ ਜਾਣਦੀ ਹਾਂ ਤੈਨੂੰ ਕਿਹੜੀ ਗਰਮੀ ਲੱਗੀ ਹੈ। ਚੱਲ ਅੰਦਰ ਕਮਰੇ 'ਚ, ਉੱਥੇ ਕਰਦੀ ਹਾਂ ਤੇਰੇ ਨਾਲ ਗੱਲ। ਅਮਰ ਇੱਥੇ ਨਾ, ਹੁਣ ਦੱਸ ਮੈਨੂੰ ਉਲਟੀਆਂ ਕਾਹਤੋਂ ਕਰੀ ਜਾਂਦੀ ਹੈ? ਮੰਮੀ ਮੈਂ ਤੁਹਾਨੂੰ ਦੱਸਿਆ ਤਾਂ ਸੀ ਮੈਨੂੰ ਗਰਮੀ ਲੱਗੀ ਪਈ ਆ। ਨਹੀਂ ਮੈਂ ਜਾਣਦੀ ਹਾਂ ਤੈਨੂੰ ਕਿਹੜੀ ਗਰਮੀ ਲੱਗੀ ਹੈ, ਸੱਚੋ ਸੱਚੀ ਦੱਸ ਦੇ ਗੱਲ ਕੀ ਹੈ। ਕੋਈ ਗੱਲ ਨਹੀਂ ਮੰਮੀ। ਨਹੀਂ ਤੂੰ ਹਜੇ ਵੀ ਲੁਕੋ ਕੇ ਰੱਖਦੀ ਹੈ ਨਾ, ਫਿਰ ਕਿਹੜਾ ਪਤਾ ਨਹੀਂ ਲੱਗੂਗਾ। ਦੱਸ ਮੈਨੂੰ, ਦੱਸ ਕੀ ਗੱਲ ਹੈ? ਓ ਮੰਮੀ ਮੈਂ ਨਾ ਇੱਕ ਮੁੰਡੇ ਨੂੰ ਨਾ ਕੀ ਕਿਹਾ ਤੇ ਮੁੰਡੇ ਨੂੰ? ਅੱਗੇ ਦੱਸ ਕੀ ਹੈ ਗੱਲ, ਦੱਸ ਕੀ ਹੋਇਆ? ਬੋਲ ਪੈ, ਹੁਣ ਕਿਉਂ ਗੂੰਗੀ ਬਣਦੀ ਹੈ, ਮੂੰਹ 'ਚ ਬੋਲ ਨਹੀਂ ਹੈਗਾ, ਦੱਸ ਕੀ ਗੱਲ ਹੈ? ਨਾ ਬੋਲ, ਹੁਣ ਗੂੰਗੀ ਕਿਉਂ ਬਣਦੀ ਹੈ? ਮੰਮੀ ਮੈਂ ਨਾ ਇੱਕ ਮੁੰਡੇ ਨੂੰ ਮੁੰਡੇ ਨੂੰ ਪਿਆਰ ਕਰਦੀ ਹੈ। ਮੈਨੂੰ ਐਂ ਦੱਸ, ਤੂੰ ਉੱਥੇ ਪੜ੍ਹਨ ਜਾਂਦੀ ਹੈ ਕਿ ਆਹ ਸਭ ਕੁਛ ਕਰਨ ਜਾਂਦੀ ਹੈ? ਚਲੋ ਇੱਥੇ ਤੱਕ ਤਾਂ ਠੀਕ ਹੈ, ਆਹ ਗਾਂ ਆਹ ਨਵਾਂ ਕੀ ਚੰਦ ਚਾੜਿਆ ਤੈਨੂੰ ਕਲਹਿਣੀ ਹੈ? ਮੰਮੀ ਮੈਨੂੰ ਤਾਂ ਆਪ ਨਹੀਂ ਪਤਾ ਕਦੋਂ ਇਹ ਸਾਰਾ ਕੁਛ ਹੋ ਗਿਆ। ਸਾਰਾ ਕੁਛ ਕਰਕੇ ਹਜੇ ਕਹਿੰਦੀ ਮੈਨੂੰ ਪਤਾ ਨਹੀਂ ਹੈਗਾ ਕਦੋਂ ਕੀ ਹੋ ਗਿਆ। ਕੋਈ ਨਾ, ਆਣ ਦੇ ਤੇਰੇ ਪਿਓ ਨੂੰ, ਮੈਂ ਕਰਦੀ ਹਾਂ ਉਹਦੇ ਨਾਲ ਗੱਲ। ਨਹੀਂ ਮੰਮੀ ਮੈਂ ਹੱਥ ਪਾਉਂਦੀ ਹਾਂ, ਡੈਡੀ ਨੂੰ ਨਾ ਕੁਛ ਦੱਸਿਓ। ਕਹਿੰਦੀ ਡੈਡੀ ਨੂੰ ਕੁਛ ਦੱਸਿਓ ਨਾ, ਕਿਉਂ ਕੀ ਗੱਲ? ਇਹਨਾਂ ਗੱਲਾਂ ਦੇ ਪਰਦੇ ਰਹਿੰਦੇ ਹੁੰਦੇ ਨੇ ਕਿਤੇ, ਅੱਜ ਨਹੀਂ ਤਾਂ ਕੱਲ੍ਹ ਤੇਰੇ ਬਾਪ ਨੂੰ ਤਾਂ ਪਤਾ ਲੱਗੀ ਜਾਣਾ, ਨਾਲੇ ਆਹ ਸਭ ਕੁਛ ਕਰਨ ਤੋਂ ਪਹਿਲਾਂ ਸੋਚਣਾ ਤੀ। ਹਾਏ, ਹੁਣ ਮੰਮੀ ਡੈਡੀ ਨੂੰ ਦੱਸ ਦੂ ਮੇਰਾ ਕੀ ਬਣੂ, ਕੀ ਕਰਾਂ ਹੁਣ ਮੈਂ। ਸੈਂਡੀ ਨੂੰ ਫੋਨ ਕਰਦੀ ਹਾਂ। ਹੇ ਰੱਬਾ, ਹੱਕ ਲੈਣੀ ਹੈ ਨਾ, ਕਿਤੇ ਮੂੰਹ ਦਿਖਾਉਣ ਜੋਗੇ ਨਹੀਂ ਛੱਡੇ, ਸਾਰੇ ਸਰੀਕੇ ਕਬੀਲੇ 'ਚ ਨੱਕ ਵੜਾ ਕੇ ਰੱਖਤਾ, ਹੁਣ ਕੀ ਬਣੂਗਾ? ਮੈਨੂੰ ਤਾਂ ਚੋਰਾ ਵੜ ਵੜ ਕਰ ਲੈਂਦਾ। ਤੇਰੀ ਲਾਡਲੀ ਸਵੇਰ ਦੀਆਂ ਉਲਟੀਆਂ ਕਰੀ ਜਾਂਦੀ ਹੈ। ਕਹਿੰਦਾ ਐਡੀ ਕੀ ਗੱਲ ਹੈ ਬੇ, ਉਹ ਗੱਲ ਨਹੀਂ ਹੈਗੀ, ਜਿਹੜੀ ਗੱਲ ਦਾ ਡਰ ਸੀ ਉਹ ਗੱਲ ਹੋ ਗਈ, ਚੰਦ ਚਾੜਤਾ ਤੇਰੀ ਲਾਡਲੀ ਨੇ। ਤੇਰੇ ਬੁੱਥ 'ਚ ਕਦੋਂ ਬੜੂਗੀ? ਹਜੇ ਕਹਿੰਦਾ ਕੀ ਚੰਦ ਚਾੜਤਾ, ਮੂੰਹ ਦਿਖਾਉਣ ਜੋਗੇ ਨਹੀਂ ਛੱਡੇ, ਪਤਾ ਨਹੀਂ ਕਿੱਥੇ ਕਾਲਾ ਮੂੰਹ ਕਰਾ ਕੇ ਆਈ ਹੈ। ਸੱਚ ਕਹਿੰਦੀ ਆ ਮੈਂ, ਮੈਂ ਉਹਨੂੰ ਕੁੜੀ ਨੂੰ ਆਪ ਪੁੱਛੇਗਾ, ਸਾਰੀ ਗੱਲ ਦੱਸਤੀ ਉਹਨੇ ਮੈਨੂੰ। ਕਰ ਹੁਣ ਆਪਦੇ ਪਿਓ ਨਾਲ ਗੱਲ। ਕੀ ਕਹਿੰਦੀ ਤੇਰੀ ਮਾਂ, ਤੈਨੂੰ ਪੂਰਾ ਸ਼ਰਮ ਨੀ ਆਈ ਹੈਗੀ? ਹੈ, ਇਹੀ ਦਿਨ ਰਹਿ ਗਿਆ ਬੇਇੱਜ਼ਤੀ ਕਰਾਉਣ 'ਚ, ਅਸੀਂ ਕਿੱਡੇ ਕਿੱਡੇ ਸੁਪਨੇ ਸੋਚੀ ਬੈਠੇ ਤੇ ਪਾਰਟੀ ਖੇ ਸਾਡੇ ਸਿਰ 'ਚ। ਕੋਈ ਵਿਆਹ ਪੂਰਾ ਦੇਖ ਲੈ ਰਿਹਾ, ਜੇ ਕਿਤੇ ਬਣ ਜੇ ਆਪਣੀ ਜਿੱਤ ਰਹਿ ਜੂਗੀ। ਤੂੰ ਕੀਤੀ ਆ ਮੁੰਡੇ ਨਾਲ ਦੁਬਾਰਾ ਗੱਲ?
ਕਰੂੰਗੀ ਗੱਲ, ਮੈਂ ਉਹਦੇ ਨਾਲ ਮਿਲ ਕੇ ਹੀ ਗੱਲ ਕਰੂੰਗੀ। ਠੀਕ ਹੈ, ਤੂੰ ਕਰ ਮੁੰਡੇ ਨਾਲ ਗੱਲ। ਠੀਕ ਹੈ ਡੈਡੀ, ਮੈਂ ਕਰਦੀ ਹਾਂ ਗੱਲ। ਤੂੰ ਮੈਂ ਤਾਂ ਐਂ ਕਹਿੰਦਾ ਸੀਗਾ, ਮੇਰੀ ਗੱਲ ਸੁਣ, ਉਸੇ ਮੁੰਡੇ ਨਾਲ ਵਿਆਹ ਕਰਦਾ ਨਾ, ਜੇ ਕਿਤੇ ਹੋਰ ਵਿਆਹ ਕਰਦਾ ਉੱਥੋਂ ਵੱਜ ਜੂਗੀ, ਆਪਾਂ ਤਾਂ ਮੂੰਹ ਦਿਖਾਉਣ ਯੋਗੇ ਨਹੀਂ ਰਹਿਣੇ ਕਿਤੇ। ਗੱਲ ਤਾਂ ਤੁਹਾਡੀ ਸਹੀ ਹੈ ਜੀ, ਜਿਵੇਂ ਸਾਨੂੰ ਠੀਕ ਲੱਗਦਾ ਨਾ ਉੱਦਾਂ ਕਰੋ। ਹੱਥ ਬੰਨਦੀ ਹਾਂ ਮੈਂ ਤੁਹਾਡੇ ਮੂਹਰੇ, ਆਹ ਲੋਕਾਂ ਨੂੰ ਪਤਾ ਲੱਗਣ ਤੋਂ ਪਹਿਲਾਂ ਇਹਦਾ ਵੱਡੋ ਫਾਹਪਰਾ। ਹੈਲੋ ਸੈਂਡੀ, ਮੈਂ ਤੈਨੂੰ ਮਿਲਣਾ ਚਾਹੁੰਦੀ ਹਾਂ ਇੱਕ ਵਾਰ। ਕਿੰਨਾ ਟਾਈਮ ਹੋ ਗਿਆ, ਹਾਲੇ ਆਇਆ ਹੀ ਨਹੀਂ ਹੈਗਾ, ਫਿਕਰ ਹੀ ਨਹੀਂ ਹੈਗੀ ਉਹਨੂੰ ਕੋਈ। ਸੰਦੀਪ ਕਿਵੇਂ, ਠੀਕ ਹੈ? ਬਸ ਠੀਕ ਹੀ ਹਾਂ। ਕੀ ਹੋ ਗਿਆ? ਸੈਂਡੀ ਘਰ ਸਾਰਾ ਕੁਛ ਪਤਾ ਲੱਗ ਗਿਆ। ਇਹ ਤਾਂ ਤੂੰ ਮੈਨੂੰ ਫੋਨ 'ਤੇ ਵੀ ਦੱਸਤਾ ਸੀ ਪਤਾ ਲੱਗ ਗਿਆ, ਫਿਰ ਗੱਲ ਕੀ ਹੋਈ ਹੈਗੀ? ਤੂੰ ਦੱਸ ਯਾਰ ਹੁਣ ਕਿਵੇਂ ਕਰਨੀ ਆ, ਮੈਂ ਤਾਂ ਤੇਰੇ ਨਾਲ ਵਿਆਹ ਕਰਾਉਣਾ, ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦੀ। ਵਿਆਹ ਕਰਾਉਣਾ? ਉਹ ਤੇਰਾ ਦਿਮਾਗ ਤਾਂ ਠੀਕ ਹੈ, ਆ ਵਿਆਹ ਵਾਲੀ ਗੱਲ ਕਿੱਥੋਂ ਆ ਗਈ? ਨਾਲੇ ਮੇਰੀ ਸੁਣ ਲੈ ਗੱਲ, ਮੈਂ ਕੋਈ ਵਿਆਹ ਵੂ ਨਹੀਂ ਕਰਾਉਣਾ ਹੈਗਾ, ਮੈਂ ਤਾਂ ਕਦੇ ਸੋਚਿਆ ਵੀ ਨਹੀਂ ਵਿਆਹ ਵੂ ਕਰਾਉਣ ਵਾਸਤੇ। ਅਤੇ ਯਾਰ ਉਦੋਂ ਤਾਂ ਤੂੰ ਕਹਿੰਦਾ ਸੀ ਆਪਦੇ ਪਿਆਰ ਲਈ ਕੀ ਕਰ ਦੇਂਗੀ, ਉਹ ਸਾਰਾ ਕੁਛ ਝੂਠ ਹੀ ਸੀ ਫਿਰ। ਯਾਰ ਦੇਖ, ਤੈਨੂੰ ਮੈਂ ਅਜਮਾਉਣਾ ਚਾਹੁੰਦਾ ਸੀ, ਸੋ ਮੈਂ ਅਜਮਾ ਲਿਆ, ਤੂੰ ਮੈਨੂੰ ਅਜਮਾ ਲਾਂਦੀ। ਜਾਂ ਤੂੰ ਮੈਨੂੰ ਇਹ ਗੱਲਾਂ ਪਹਿਲਾਂ ਕਹਿਣੀਆਂ ਸੀਗੀਆਂ ਵੀ ਤੂੰ ਮੇਰੇ ਨਾਲ ਵਿਆਹ ਕਰਾਉਣਾ ਹੈਗਾ, ਮੈਂ ਤੈਨੂੰ ਪਹਿਲੀ ਜਵਾਬ ਦੇ ਦਿੰਦਾ, ਸ਼ਾਇਦ ਆਪਾਂ ਇੱਥੇ ਤੱਕ ਨਾ ਪਹੁੰਚਦੇ। ਮੈਂ ਤੈਨੂੰ ਕਦੇ ਲਾਰਾ ਵੀ ਨਹੀਂ ਲਾਇਆ ਕਿ ਮੈਂ ਤੈਨੂੰ ਵਿਆਹ ਕਰਵਾਉਣਾ, ਇਹ ਤਾਂ ਤੇਰੀ ਭੁਲੇਖੇ ਦੇ ਵਿੱਚ ਸੀ ਵੀ ਤੂੰ ਮੇਰੇ ਨਾਲ ਵਿਆਹ ਕਰਾਏਂਗੀ। ਨਾ ਸੈਂਡੀ, ਹੁਣ ਤੂੰ ਕਹਿਣਾ ਮੇਰੇ ਨਾਲ ਵਿਆਹ ਨਹੀਂ ਕਰਾ ਸਕਦਾ, ਉਹ ਤਾਂ ਤੂੰ ਵੱਡੇ ਵੱਡੇ ਵਾਅਦੇ ਕਰਦਾ ਸੀ। ਪਹਿਲੇ ਮੇਰੀ ਗੱਲ ਸੁਣ ਲਾ, ਮੈਂ ਪ੍ਰੈਗਨੈਂਟ ਹਾਂ। ਪ੍ਰੈਗਨੈਂਟ ਆ? ਉਹ ਇਹ ਕੀ ਬੱਕੀ ਜਾਂਦੀ ਆ, ਨਾਲੇ ਗੱਲ ਸੁਣ ਲੈ, ਮੈਨੂੰ ਨਹੀਂ ਪਤਾ ਇਹ ਕਿਹਦਾ ਗੰਦ ਚੱਕੀ ਫਿਰਦੀਆਂ, ਕਿਸੇ ਹੋਰ ਦਾ ਕੀਤਾ ਕਰਾਇਆ ਨਾ, ਮੇਰੇ ਸਿਰ ਨਾ ਮੜ ਤੂੰ। ਨਾਲੇ ਇੱਕ ਗੱਲ ਤੈਨੂੰ ਹੋਰ ਦੱਸਦਾ, ਮੇਰੇ ਨਾਲ ਤੇਰਾ ਕੋਈ ਵਿਆਹ ਵੂ ਨਹੀਂ ਹੋ ਸਕਦਾ, ਮੈਂ ਤਾਂ ਪਹਿਲੀ ਵਿਆਹ ਹੈ, ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰੀ, ਸਮਝ ਗਈ? ਲੱਗੀ ਆ ਪ੍ਰੈਗਨੈਂਟ ਦੀ। ਗਈ ਹੋਈ ਹੈ, ਹੁਣ ਉਹਦੇ ਆਈ ਤੋਂ ਹੀ ਪਤਾ ਲੱਗੂਗਾ। ਆ ਗਈ ਲੈ, ਕਿਸੇ ਨੂੰ ਪੁੱਛ ਲਿਓ। ਕੀ ਬਣਿਆ ਨੀ ਡੈਡੀ? ਉਹ ਤਾਂ ਕਹਿੰਦਾ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਂਦਾ। ਕਿਉਂ, ਫੇਰ ਕਾਹਤੋਂ ਕਿਹਾ ਉਹਨੇ? ਮੰਮੀ, ਉਹ ਤਾਂ ਪਹਿਲਾਂ ਹੀ ਵਿਆਹਿਆ ਹੋਇਆ। ਹਾਏ ਰੱਬਾ, ਨਿਕ ਲੈਣੀ ਏ, ਘੱਟੋ ਘੱਟੀ ਤੂੰ ਆਹ ਕੁਛ ਕਰਨ ਤੋਂ ਪਹਿਲਾਂ ਇੱਕ ਵਾਰੀ ਉਹਨੂੰ ਪੁੱਛ ਤਾਂ ਲੈਣਾ ਸੀ ਵੀ ਉਹ ਵਿਆਹਿਆ ਵਰਿਆ ਜਾਂ ਕੁਮਾਰ ਹੈਗਾ। ਤੈਨੂੰ ਸ਼ਰਮ ਨਹੀਂ ਆਈ ਵਿਆਹੇ ਵਾਲੇ ਨਾਲ ਇਹੋ ਜਿਹਾ ਕੁਛ ਕਰਦੇ ਹੋਏ? ਮੈਂ ਕਹਿੰਦੀ ਆ ਜੀ, ਆਏਦਾ ਤਾਂ ਫਾਹਾ ਜਾ ਮੈਂ ਬੜਾ ਕਿਉਂ ਨੀ ਡਾਕਟਰ ਦੇ, ਆ ਦੋ ਚਾਰ ਮਹੀਨਿਆਂ ਚ ਨਾ ਆਂਢੀ ਗੁਆਂਢੀ ਨੂੰ ਸਾਰਿਆਂ ਨੂੰ ਪਤਾ ਲੱਗ ਜੂਗਾ, ਕੀ ਜਵਾਬ ਦੇਵਾਂਗੇ ਕਿਸੇ ਨੂੰ, ਤੇ ਦੇ ਲੱਭ ਕੇ ਇਹਦਾ ਕੋਈ ਰਿਸ਼ਤਾ ਕਰ ਦਿੰਦੇ ਆ ਤੇ ਦੋ ਚਾਰ ਮਹੀਨਿਆਂ ਚ ਨਿਮੇੜਾ। ਤੂੰ ਇਹਦਾ ਕੰਮ ਜਾਂ ਨਿਮੇੜਾ, ਮੈਂ ਦੇਖਦਾ ਕੋਈ ਰਿਸ਼ਤਾ ਦੋ ਤਿੰਨ ਮਹੀਨੇ ਕੀ ਮਹੀਨੇ ਵੀ ਦਿਨਾਂ ਚ ਨਿਮੇੜਦੇ ਆ, ਫਾਹਾ ਫੜਦਾ ਇਹਦਾ ਭਰਾ। ਹੁਣ ਤਾਂ ਬਾਹਰ ਅੰਦਰ ਕਿਤੇ ਨਹੀਂ ਜਾਣਾ, ਕਰ ਹੀ ਰਹਿਣਾ, ਹੁਣ ਤਾਂ ਵਿਆਹ ਕਰਾ ਕੇ ਬਾਹਰ ਜਾਣਾ ਹੈਗਾ, ਨਹੀਂ ਇਸ ਘਰ ਤੋਂ ਦਿਖ ਲੈ ਦਿਲ ਹੀ ਨਹੀਂ ਟੱਪਣਾ ਤੈ। ਨਹੀਂ ਮਾਰ ਕੇ ਨਾ ਟੋਟਾ ਪੱਟ ਕੇ ਇੱਥੇ ਘਰ ਚ ਦੱਬਾਂਗੇ ਤੈਨੂੰ। ਕਿੱਥੇ ਸਾਡੇ ਘਰ ਮੱਝ ਧਰੀ ਪਈ ਸੀ ਗੰਦੀ ਲਾਦ, ਅਸੀਂ ਜੀ ਲਾਦ ਨਾਲ ਤਾਂ ਨਾ ਬਿੱਲ ਅੱਧਾ ਹੀ ਚੰਗਾ, ਇੱਕ ਦੁੱਖ ਸੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੁਣੇ ਹੁਣੇ ਤੁਸੀਂ ਸਾਡੀ ਫਿਲਮ ਦੇਖੀ ਜੀ, ਅਸੀਂ ਇਸ ਫਿਲਮ ਦੇ ਜ਼ਰੀਏ ਇੱਕੋ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ
ਕਿ ਜੋ ਮੁੰਡਾ ਮੁੰਡੇ ਕੁੜੀਆਂ ਸਕੂਲ ਟਾਈਮ ਪੜ੍ਹਾਈ ਕਰਦੇ ਨੇ ਉਹਨਾਂ ਨੂੰ ਆਪਣਾ ਧਿਆਨ ਸਿਰਫ ਪੜ੍ਹਾਈ ਵੱਲ ਹੀ ਦੇਣਾ ਚਾਹੀਦਾ, ਨਾ ਕਿ ਗਲਤ ਕੰਮਾਂ ਵੱਲ, ਕਿਉਂਕਿ ਸਕੂਲ ਟਾਈਮ ਹੀ ਹੁੰਦਾ ਕੁਛ ਨਾ ਕੁਛ ਬਣਨ ਦਾ। ਜੇ ਤੁਸੀਂ ਗਲਤ ਕੰਮਾਂ ਦੇ ਵਿੱਚ ਪੈ ਗਏ ਤਾਂ ਵੱਡੀ ਉਮਰ ਤੱਕ ਪਛਤਾਵਾ ਹੀ ਰਹੇ ਤੁਹਾਡੇ ਪੱਲੇ, ਤਾਂ ਅੱਗੇ ਜਾ ਕੇ ਤੁਸੀਂ ਕੁਛ ਵੀ ਨਹੀਂ ਬਣ ਸਕਦੇ। ਸੋ ਇੱਕੋ ਬੇਨਤੀ ਕਰਦੇ ਹਾਂ, ਚਾਹੇ ਉਹ ਮੁੰਡਾ ਚਾਹੇ ਕੁੜੀ ਹੈ, ਕਿ ਸਕੂਲ ਟਾਈਮ ਸਿਰਫ ਆਪਣਾ ਧਿਆਨ ਪੜ੍ਹਾਈ ਵੱਲ ਹੀ ਰੱਖੋ, ਪੁੱਠੇ ਕੰਮਾਂ ਵੱਲ ਧਿਆਨ ਨਾ ਦਿਓ, ਅਤੇ ਇੱਕ ਸੋਸ਼ਲ ਮੀਡੀਆ ਤੋਂ ਥੋੜ੍ਹਾ ਦੂਰ ਰਿਹਾ ਕਰੋ। ਧੰਨਵਾਦ ਜੀ। ਹਾਂਜੀ, ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਲਾਈਕ ਕਮੈਂਟ ਐਂਡ ਦੱਬ ਕੇ ਸ਼ੇਅਰ ਕਰਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ।